अस्सलाम वालेकुम नंबरदार साहब। नंबरदार साहब ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਹੀ ਆਇਆਂ ਨੂੰ ਆਖਨੇ ਆ। ਤੇ ਹੋਰ ਸੁਣਾਓ ਕੀ ਹਾਲ ਚਾਲ ਨੇ ਨੰਬਰਦਾਰ? ਸ਼ੁਕਰ ਹੈ ਅੱਲਾ ਦਾ ਜੀ, ਸ਼ੁਕਰ ਹੈ ਅੱਲਾ ਦਾ, ਸ਼ਕਰ ਬਗੇਲਾ ਸਾਹਿਬ। ਅੱਛਾ ਤੁਕਲੀ ਨੰਬਰਦਾਰ ਸਾਹਿਬ, ਅਸੀਂ ਮਾਸ਼ਾਅੱਲਾ ਤੁਹਾਡੇ ਬਾਰੇ ਬੜਾ ਸੁਣਿਆ ਹੈ ਜੀ ਸਰ। ਤੁਸੀਂ ਆਪਣੇ ਇਲਾਕੇ ਦਾ ਬੜਾ ਵੱਡਾ ਨਾਂ ਹੋ, ਤੁਸੀਂ ਲੋਕਾਂ ਦੇ ਬੜੇ ਕੰਮ ਕਰਦੇ ਹੋ, ਔਖੇ ਸੌਖੇ ਵੇਲੇ ਕੰਮ ਆਉਂਦੇ ਹੋ, ਲੋਕਾਂ ਦੀ ਜ਼ਰੂਰਤ ਦੇ ਟਾਈਮ ਉਹਨਾਂ 'ਤੇ ਬੜਾ ਕੰਮ ਆਉਂਦੇ ਹੋ, ਜ਼ਰੂਰਤ ਪੂਰੀ ਕਰਦੇ ਹੋ। ਅਤੇ ਮਾਸ਼ਾਅੱਲਾ ਤੁਹਾਡੀਆਂ ਕਿਤਨੀਆਂ ਕੁ ਪੈੜੀਆਂ ਨੇ ਅਤੇ ਕਿਤਨੀਆਂ ਜ਼ਮੀਨਾਂ ਨੇ? ਜ਼ਮੀਨ ਜਿੱਤਣ 'ਤੇ ਨਜ਼ਰ ਪਾਉਂਦੀ, ਉੱਤਣ 'ਤੇ ਆਪਣੀ ਹੈ। ਅੱਛਾ, ਅੱਲਾ ਦੀ ਬੜੀ ਮਿਹਰਬਾਨੀ। ਅਤੇ ਨੰਬਰਦਾਰ ਸਾਹਿਬ, ਤੁਹਾਡੇ ਅਸੀਂ ਸੁਣਿਆ ਹੈ ਇਲਾਕੇ ਦੇ ਵਿੱਚ ਤੁਹਾਡੀਆਂ ਮੱਝਾਂ ਦਾ ਦੁੱਧ ਬੜਾ ਮਸ਼ਹੂਰ ਹੈ, ਤੁਹਾਡੀਆਂ ਕਿੰਨੀਆਂ ਕੁ ਮੱਝਾਂ ਨੇ? 33 ਕੁ ਮੱਝਾਂ ਨੇ ਅੱਲਾ ਦੀ ਮਿਹਰਬਾਨੀ ਨਾਲ। ਤੁਹਾਡੀਆਂ ਜ਼ਾਤੀ? ਨਹੀਂ, ਲੋਕਾਂ ਦੀ ਵਿੱਚ ਪਾ ਕੇ। ਅਤੇ ਨੰਬਰਦਾਰ ਸਾਹਿਬ, ਅਸੀਂ ਤੁਹਾਡੀਆਂ ਮੱਝਾਂ ਦੇ ਦੁੱਧ ਦੇ ਬਾਰੇ ਸੁਣਿਆ ਕਿ ਤੁਹਾਡੀਆਂ ਮੱਝਾਂ ਦਾ ਦੁੱਧ ਬੜਾ ਕੀਮਤੀ ਅਤੇ ਖਾਲਿਸ ਦੁੱਧ ਹੁੰਦਾ ਅਤੇ ਲੋਕ ਬੜੀ ਤਾਰੀਫ ਕਰਦੇ ਨੇ। ਅਤੇ ਵਿੱਚ ਖਵਾਉਣ ਲੱਗੇ ਅਸੀਂ ਕਰੀਮ ਪੈਂਦੇ। ਅੱਛਾ, ਮੱਝਾਂ ਨੂੰ ਕਰੀਮ ਪਾਉਂਦੇ? ਹਾਂਜੀ ਹਾਂਜੀ। ਵਾਹ, ਕਮਾਲ ਹੋ ਗਿਆ। ਅਤੇ ਨੰਬਰਦਾਰ ਸਾਹਿਬ, ਤੁਹਾਡੀ ਇੱਕ ਮੱਝ ਦੇ ਬਾਰੇ ਸੁਣਿਆ ਕਿ ਉਹ ਬੜਾ ਦੁੱਧ ਦਿੰਦੀ ਹੈ ਅਤੇ ਉਹ ਬੜੇ ਮੁਕਾਬਲਿਆਂ 'ਚ ਉਹਨੇ ਹਿੱਸਾ ਲਿਆ, ਇਹਦੇ ਬਾਰੇ ਤੁਸੀਂ ਕੀ ਆਖਦੇ ਹੋ? ਉਹਦਾ ਜੀ 28 ਮਾਣ ਆਇਆ ਦੁੱਧ ਅਗਾਲ ਪਾ ਕੇ। ਅੱਛਾ, ਤੇ ਨੰਬਰਦਾਰ ਸਾਹਿਬ, ਸੁਣਿਆ ਹੈ ਤੁਸੀਂ ਇਲਾਕੇ ਦੇ ਵਿੱਚ ਦੁੱਧ ਵੀ ਵੇਚਦੇ ਹੋ, ਤੁਹਾਡੀਆਂ ਮਾਸ਼ਾਅੱਲਾ ਮੱਝਾਂ ਦਾ ਦੁੱਧ ਜੋ ਖਾਲਿਸ ਹੈ, ਸੁਣਿਆ ਬਾਕੀ ਰੰਗਾ ਹੁੰਦਾ। ਤੇ ਅਗਲਿਆਂ ਦਿਨਾਂ 'ਚ ਸੁਣਿਆ ਇੱਕ ਬੀਬੀ ਕੋਈ ਦੁੱਧ ਲੈਣ ਆਈ ਸੀ 2 ਕਿਲੋ, ਤੇ ਉਹਦੇ ਵਿੱਚੋਂ ਡੱਡੀ ਨਿਕਲੀ। ਉਹ ਡੱਡੀ ਨਾ ਨਿਕਲਦੀ ਤੇ ਹੋਰ ਉਹਦੇ 'ਚੋਂ ਟਰੈਕਟਰ ਨਿਕਲਦਾ। ਡੱਡੀ ਇਸ ਵਾਸਤੇ ਨਿਕਲੀ ਕਿ ਮਾਈ ਨੂੰ ਪਾਣੀ ਪਿਵਾਇਆ ਨਾਲ ਤੋਂ। ਅੱਛਾ, ਉਹ ਡੱਡੀ ਆ ਗਈ, ਉਹ ਕਿਸਮਤ ਵਾਲੀ ਜਿਹੜੀ ਉਹਦੇ ਦੁੱਧ 'ਚੋਂ ਡੱਡੀ ਨਿਕਲ ਆਈ ਹੈ। ਅੱਛਾ, ਤੇ ਬੰਦਿਆਂ ਦੇ ਦੁੱਧ 'ਚੋਂ ਤਾਂ ਕੱਖ ਹੀ ਨਹੀਂ ਨਿਕਲਦਾ। ਚਲੋ, ਮਿਹਰਬਾਨੀ ਹੈ। ਤਾਂ ਫਿਰ ਉਹ ਬੀਬੀ ਦੀ ਖੁਸ਼ਕਿਸਮਤੀ ਹੈ ਜਿਹੜਾ ਤੁਹਾਡੇ ਵਾਲੇ ਦੁੱਧ ਦੇ ਵਿੱਚੋਂ ਡੱਡੀ ਨਿਕਲੀ। ਡੱਡੀ ਨਿਕਲ ਆਈ। ਵੈਸੇ ਕਦੀ ਕੁਝ ਹੋਰ ਵੀ ਚੀਜ਼ ਨਿਕਲੀ? ਬੜੀਆਂ ਨਿਕਲੀਆਂ ਨੇ। ਕੀ ਨਿਕਲਦਾ ਹੈ? ਕਿਸੇ ਦੀ ਕਿਸਮਤ ਪੂਰੀ, ਕਿਸੇ ਦਾ ਟਰੈਕਟਰ ਨਿਕਲਿਆ, ਟੀਵੀ ਨਿਕਲਿਆ। ਭਾਈ, ਤੁਹਾਡੀਆਂ ਮੱਝਾਂ ਦਾ ਤਾਂ ਕਮਾਲ ਦਾ ਦੁੱਧ ਹੈ। ਅਤੇ ਇਹ ਅੱਛਾ, ਨੰਬਰਦਾਰ ਸਾਹਿਬ, ਸੁਣਿਆ ਤੁਹਾਨੂੰ ਸ਼ਾਇਰੀ ਦਾ ਬੜਾ ਸ਼ੌਕ ਹੈ, ਤੁਸੀਂ ਸੁਣਦੇ ਵੀ ਹੋ, ਕਰਦੇ ਵੀ ਹੋ, ਅਤੇ ਅੱਜ ਸਾਨੂੰ ਵੀ ਤੁਸੀਂ ਕੋਈ ਸੁਣਾਓਗੇ ਜਾਂ ਨਾਜ਼ਰੀਨ ਨੂੰ ਵੀ ਸੁਣਾਓਗੇ? ਬਿਲਕੁਲ ਨਾਜ਼ਰੀਨ, ਕਿਉਂ ਨਹੀਂ ਸੁਣਾਵਾਂਗੇ। ਹੈ ਕਿ ਉੱਡ ਗਿਆ ਪੱਖਾਂ ਦਾ ਬੇਲੀ ਟਿਕਾਣੇ ਕੋਈ ਨਹੀਂ, ਅਤੇ ਨਾ ਰੱਖ ਆਸ ਮਿਟਾ ਚਾ, ਅਤੇ ਜਿਹੜੀ ਆ ਲਈ ਖਲਾ ਉਸਦੇ ਚੁਗਣ ਦੀ ਚੋਗ, ਇਹ ਵੀ ਅੱਜ ਲਾਉਂ ਯਾਰ ਹਟਾ ਚਾ, ਅਤੇ ਜਿਹੜਾ ਲਿਖਵਾਇਆ ਏ ਉਸਦਾ ਨਾਂ ਆਪਦੀ ਬਾਂਹ 'ਤੇ, ਅੱਜ ਲਾਉ ਉਹ ਵੀ ਯਾਰ ਮਿਟਾ ਚਾ, ਇੱਕ ਸ਼ਾਖ ਟੁੱਟਣ ਦੇ ਦੁੱਖ ਤੋਂ ਦੋਨਾਂ ਸਾਜਨ, ਮੈਂ ਤੇ ਆਨਾ ਮੁੱਢੂ ਰੁੱਖ ਹੀ ਪਟਾ ਚਾ। ਵਾਹ ਜੀ ਵਾਹ, ਇਹ ਨੰਬਰਦਾਰ ਸਾਹਿਬ ਸੀ, ਤੁਕਲੀ ਨੰਬਰਦਾਰ ਸਾਹਿਬ। ਇਹ ਵੀ ਪਤਾ ਨਹੀਂ ਕਿਸੇ ਇਲਾਕੇ ਦੇ ਬੜੇ ਵੱਡੇ ਨੇ, ਚੌਧਰੀ ਨੇ ਸਾਨੂੰ ਅੱਗੇ ਦੱਸਦੇ ਪਏ ਸੀ। ਅਤੇ ਨਾਜ਼ਰੀਨ, ਤੁਸੀਂ ਇਹਨਾਂ ਦਾ ਪ੍ਰੋਗਰਾਮ ਵੀ ਸੁਣਿਆ, ਇਹਨਾਂ ਦੀਆਂ ਗੱਲਾਂ ਸੁਣੀਆਂ, ਇਹਨਾਂ ਦੀ ਸ਼ਾਇਰੀ ਵੀ ਸੁਣੀ। ਅਗਰ ਤੁਹਾਨੂੰ ਇਹਨਾਂ ਦੀ ਸ਼ਾਇਰੀ ਚੰਗੀ ਲੱਗੀ ਹੈ ਤਾਂ ਤੁਸੀਂ ਸਾਡਾ ਪ੍ਰੋਗਰਾਮ ਜਿਹੜਾ ਹੈ ਉਹਨੂੰ ਲਾਈਕ ਕਰਨਾ ਹੈ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਅਤੇ ਸ਼ੇਅਰ ਕਰਨਾ ਹੈ, ਅਤੇ ਆਪਣੀ ਕੀਮਤੀ ਰਾਏ ਤੋਂ ਵੀ ਸਾਨੂੰ ਆਗਾਹ ਕਰਨਾ ਹੈ। ਅਤੇ ਵੇਖਦੇ ਰਹੋ ਸਾਂਝਾ ਸਾਹੀਵਾਲ, ਅਗਲੇ ਪ੍ਰੋਗਰਾਮ ਤੱਕ ਮੈਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।